ਹੁਸ਼ਿਆਰਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਮਾਸੂਮ ਦੀ ਲਾਸ਼ ਦੇਖ ਕੇ ਹਰ ਦਿਲ ਦਹਿਲ ਜਾਵੇਗਾ ਕਿਉਂਕਿ ਲਾਸ਼ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ ਤੇ ਸਿਰਫ ਬੱਚੇ ਦਾ ਸਿਰ ਹੀ ਬਚਿਆ ਸੀ। ਲੋਕਾਂ ਨੇ ਜਦ ਬੱਚੇ ਦੀ ਲਾਸ਼ ਨੂੰ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਾਈਕਲ ਸਟੈਂਡ ਵਾਲੇ ਤੇ ਬੰਦੇ ਦੱਸਦੇ ਆ ਸਾਨੂੰ ਤਾਂ ਇਹਨਾਂ ਦੇ ਇਤਲਾਹ ਦਿੱਤੀ ਆ ਕਿ ਇੱਧਰੋਂ ਕੋਈ ਕੁੱਤਾ ਚੱਕ ਕੇ ਲੈ ਰਿਹਾ ਸੀ, ਇੱਧਰ ਉਹ ਕਿਸੇ ਪਤਾ ਨਹੀਂ ਕਿਹੜੇ ਏਰੀਏ 'ਚ ਚੱਕ ਲਿਆ ਆ, ਇੱਥੇ ਲੰਘਣ ਲੱਗਾ ਤਾਂ ਇਹਨਾਂ ਨੇ ਲਪਕਾ ਮਾਰਿਆ, ਕੁੱਤਾ ਛੱਡ ਕੇ ਭੱਜ ਗਿਆ। ਹਾਂਜੀ, ਦੇਖਣ ਨੂੰ ਤੁਹਾਡੇ ਸਾਹਮਣੇ ਹੀ ਆ ਕਿ ਨਵਜੰਮੇ ਬੱਚਾ ਕਿਸੇ ਨੇ ਡਿਲੀਵਰੀ ਆਪਣੀ ਛਪਾਉਣ ਵਾਸਤੇ ਕੀਤਾ ਲੱਗਦਾ ਕੋਈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਤਰ੍ਹਾਂ ਮਾਸੂਮ ਬੱਚੇ ਕੂੜੇ ਦੇ ਢੇਰ 'ਚੋਂ ਮਿਲਦੇ ਹੋਣ। ਅਕਸਰ ਹੀ ਬੱਚਿਆਂ ਦੇ 53 ਨਵਜੰਮੇ ਬੱਚੇ ਕੂੜੇ ਜਾਂ ਝਾੜੀਆਂ 'ਚੋਂ ਮਿਲਦੇ ਨੇ। ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵੇਲੇ ਉਸ ਮਾਂ ਦੀ ਮਮਤਾ ਕਿਉਂ ਨਹੀਂ ਕੰਬੀ ਜਿਸ ਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ। ਹੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ।